ਫਰੰਟ ਲਾਈਨ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਇੰਡੀਆ ਚ ਉੱਡ ਰਹੇ ਜਹਾਜ਼ ਚ ਅਚਾਨਕ ਧੂਆ ਨਿਕਲਣ ਲੱਗਾ ਜਿਸ ਕਾਰਨ ਹੜਕੰਪ ਮਚ ਗਿਆ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਇਹ ਮਾਮਲਾ ਸਪਾਈਸ ਜੈੱਟ ਦੇ ਇੱਕ ਜਹਾਜ਼ ਨਾਲ ਵਾਪਰਿਆ ਜਿੱਥੇ ਦਿੱਲੀ ਤੋਂ ਜਬਲਪੁਰ ਜਾ ਰਹੇ ਇਸ ਜਹਾਜ਼ ਵਿੱਚ ਅਚਾਨਕ ਹੀ ਉਸ ਸਮੇਂ ਧੂਆ ਨਿਕਲਦਾ ਦਿਖਾਈ ਦਿੱਤਾ ਜਦੋਂ ਜਹਾਜ਼ 5000 ਫੁੱਟ ਤੋਂ ਲੰਘ ਰਿਹਾ ਸੀ ਜਿੱਥੇ ਇਸ ਧੂਏ ਦੇ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਹੋਈ ਤੇ ਸਾਰੇ ਯਾਤਰੀ ਹੱਥਾਂ ਨਾਲ ਪੱਖੀਆਂ ਚਲਦੇ ਹੋਏ ਨਜ਼ਰ ਆਏ ਜਿੱਥੇ ਧੂਆ ਤੇਜ਼ੀ ਨਾਲ ਫੈਲਦਾ ਦਿਖਾਈ ਦਿੱਤਾ ਉੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਤੇ ਇਸ ਦੀ ਤੁਰੰਤ ਹੀ ਐਮਰਜੈਂਸੀ ਲ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਜਹਾਜ਼ ਵਿੱਚ ਸਵਾਰ ਯਾਤਰੀਆਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਹੜਕੰਪ ਮਚ ਗਿਆ ਉੱਥੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਾਬਲਪੁਰ ਵਾਸਤੇ ਦੂਜੇ ਜਹਾਜ਼ ਵਿੱਚ ਰਵਾਨਾ ਕਰ ਦਿੱਤਾ ਗਿਆ ਤਾਂ ਦੋਸਤੋ ਵੱਡੀ ਅਪਡੇਟ ਆ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਜਾਣਕਾਰੀਆਂ ਲਈ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ